ਸਤਿ ਸ੍ਰੀ ਅਕਾਲ ਵਾਅਲਕਮ ਨਮਸਕਾਰ ਦੋਸਤੋ ਦੋਸਤੋ ਮੈਂ ਮੌਲੀ ਪ੍ਰਾਪਰਟੀ ਸਰਚ ਚੈਨਲ ਤੋਂ ਗੁਰਮਨ ਬੋਲ ਰਿਹਾ ਆ ਅੱਜ ਤੁਹਾਡੇ ਵਾਸਤੇ 플ੌਟ ਲੈ ਕੇ ਆਇਆ 89 ਸੈਕਟਰ ਚ ਇਸ ਲਾਈਨ ਦੇ ਵਿੱਚ 플ੌਟ ਅਵੇਲੇਬਲ ਹੈ ਈਸਟ ਫੇਸਿੰਗ ਡਾਇਰੈਕਸ਼ਨ ਹੈ ਇਹ ਔਰ ਤੁਸੀਂ ਦੇਖ ਸਕਦੇ ਹੋ ਵਾਟਰ ਸੀਵਰੇਜ ਕਨੈਕਸ਼ਨ ਪ੍ਰੋਪਰ ਪੇ ਹੋਏ ਆ ਪ੍ਰੋਪਰ ਅੰਡਰਗਰਾਉਂਡ ਵਾਇਰਿੰਗ ਪਈ ਹੋਈ ਹੈ ਸਾਰੇ ਜਿਹੜੇ ਮੀਟਰਸ ਹੈਗੇ ਆ ਅੰਡਰਗਰਾਉਂਡ ਬਾਕਸੇ ਲੱਗੇ ਹੋਏ ਆ ਸਭ ਤੋਂ ਚੰਗੀ ਗੱਲ ਹੈ ਕਿ ਨਾਲ ਹੀ ਗਾਰਡਨ ਜ਼ੋਨਸ ਹੈ ਉਹ ਪਿੱਛੇ ਇੱਕ ਵੱਡਾ ਗਾਰਡਨ ਹੈਗਾ ਮੈਂ ਤੁਹਾਨੂੰ ਦਿਖਾ ਦਿੰਦਾ ਔਰ ਆ ਲొਕੇਸ਼ਨ ਹੈਗੀ ਪ੍ਰੋਪਰ ਲੂਕ ਵਾਲੀ ਸੜਕ ਪਈ ਹੋਈ ਹੈ 30x60 ਸਾਈਜ਼ ਹੈਗਾ 플ੌਟ ਦਾ ਔਰ ਸਾਰੀ ਰਹਿਸ਼ਾ ਪ੍ਰੋਪਰ ਸੈਕਟਰ ਜਿਹੜਾ ਹੈਗਾ ਡਵੈਲਪ ਹੋਇਆ ਹੈਗਾ ਇਸ ਲਾਈਨ ਦੇ ਵਿੱਚ ਮੈਂ ਤੁਹਾਨੂੰ 플ੌਟ ਦੇ ਦਾਂਗਾ 30x60 ਸਾਈਜ਼ ਹੈਗਾ ਹੁਣ ਆਪਾਂ ਮੈਂ ਤੁਹਾਨੂੰ ਗਾਰਡਨ ਜ਼ੋਨ ਏਰੀਆ ਵੀ ਦਿਖਾ ਦਿੰਦਾ ਅੱਗੇ ਇਨੀ ਬਰਮ ਆ ਜਾਂਦੀ ਤੁਸੀਂ ਇੱਥੇ ਵੱਡੀ ਕਾਰ ਲਗਾ ਸਕਦੇ ਹੋ ਔਰ ਪ੍ਰੋਪਰ ਰਹਿਸ਼ ਹੈਗੀ ਹੈ ਔਰ ਇੱਕ ਕਾਰ ਤੋਂ ਦੂਜੀ ਕਾਰ ਦਾ ਡਿਸਟੈਂਸ ਵੀ ਕਾਫੀ ਖੁੱਲਾ ਹੈਗਾ ਕਾਰ ਪਾਰਕਿੰਗ ਦਾ ਕਦੀ ਵੀ ਇਸ਼ੂ ਨਹੀਂ ਆਉਂਦਾ ਦੋਸਤੋ ਹੁਣ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਦੋਸਤੋ ਆ ਵੱਡੇ ਪਾਰਕਸ ਹੈਗੇ ਆ ਇਸ ਸੈਕਟਰ ਦੇ ਵਿੱਚ ਬਹੁਤ ਹੀ ਵੱਡੇ ਪਾਰਕਸ ਹੈ ਜੌਗਿੰਗ ਟਰੈਕਸ ਬਨੇ ਹੋਏ ਆ ਸਿਟਿੰਗ ਏਰੀਆ ਹੈਗਾ ਅਗਰ ਮੈਂ ਤੁਹਾਨੂੰ ਦਿਖਾਵਾਂ ਤਾਂ ਪ੍ਰੋਪਰ ਸੈਕਟਰ ਜਿਹੜਾ ਹੈਗਾ ਡਵੈਲਪ ਹੋ ਚੁੱਕਿਆ ਹੈ ਮਾਰਕੀਟਸ ਵੀ ਨਾਲ ਹੈ ਔਰ ਇਹ ਸੈਂਟਰ ਲొਕੇਸ਼ਨ ਹੈਗੀ ਅਗਰ ਮੈਂ 17 ਸੈਕਟਰ ਜਾਂ 43 ਬੱਸ ਸਟੈਂਡ ਜਾਂਣਾ ਤਾਂ ਸਿੱਧੀ ਰੋਡ ਜਾਂਦੀ ਹੈ ਸੁਹਾਣੇ ਤੋਂ ਔਰ ਸੈਕਟਰ ਦੀ ਲੁੱਕ ਦੇਖ ਸਕਦੇ ਹੋ ਉਸ ਲਾਈਨ ਦੇ ਵਿੱਚ ਪਲਾਟ ਹੈਗਾ ਪ੍ਰਾਈਮ ਲొਕੇਸ਼ਨ ਹੈਗੀ ਹੈ 30x60 ਸਾਈਜ਼ ਹੈਗਾ ਕੋਈ ਦੋਸਤ ਇਸ ਸੈਕਟਰ ਦੇ ਵਿੱਚ 100 ਗੱਜ 200 ਗੱਜ ਅਗਰ ਪਲਾਟ ਲੱਭ ਰਿਹਾ ਹੈ ਤਾਂ ਮੇਰੇ ਕੋਲ ਬਹੁਤ ਸਾਰੀ ਇਨਵੈਂਟਰੀ ਹੈਗੀ ਹੈ 89 ਸੈਕਟਰ ਦੇ ਵਿੱਚ ਮੈਨੂੰ ਕਾਲ ਕਰ ਸਕਦੇ ਹੋ 79860 51479 ਤੇ ਮੈਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਤੁਹਾਡੇ ਸਪੋਰਟ ਤੇ ਆਰਸ਼ੀਵਾਰ ਦੀ ਲੋੜ ਹੈਗੀ ਹੈ ਮੇਰੇ ਕੋਲ ਬਹੁਤ ਸਾਰੀ ਕੋਠੀ ਤੇ ਪਲਾਟਸ ਦੀ ਆਪਸ਼ਨਸ ਅਵੇਲੇਬਲ ਹੈ ਐਰੋ ਸਿਟੀ ਆਈਟੀ ਸਿਟੀ ਸਨੀ ਇਨਕਲੇਵ ਦੇ ਵਿੱਚ ਵੀ ਮੇਰੇ ਕੋਲ ਕੋਠੀਆਂ ਅਵੇਲੇਬਲ ਹੈ ਬਾਕੀ ਆ ਲਾਈਨ ਹੈਗੀ ਹੈ ਔਰ ਇਹ ਸੈਕਟਰ ਅਗਰ ਆ ਕੇ ਦੇਖੋਗੇ ਪ੍ਰੈਕਟੀਕਲੀ ਬਹੁਤ ਹੀ ਅੱਛਾ ਬਣਿਆ ਹੋਇਆ ਦੋਸਤੋ ਔਰ ਇਹ ਪੁੱਡਾ ਦਾ ਸੈਕਟਰ ਹੈ ਗਵਰਨਮੈਂਟ ਦਾ ਸੈਕਟਰ ਹੈ ਇਹ ਜੇ ਬਹੁਤ ਸਾਰੇ ਪਾਰਕਸ ਹੈਗੇ ਆ ਇਹਦੇ ਵਿੱਚ ਔਰ ਵੈਲ ਡਿਵੈਲਪਡ ਸੈਕਟਰ ਹੈਗਾ ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਆਪਾਂ ਫੇਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਧੰਨਵਾਦ ਜੀ